أعوذ بالله من الشيطان الرجيم بسم الله الرحمن الرحيم الحمد لله وَالصَّلَاةُ وَالسَّلَامُ عَلَى سَيِّدِ الْأَنْبِيَاءِ وَالْمُرْسَلِينَ وآل الطيبين الطاهرين المعصومين صلوات پڑھو آج سارے بار مجلس باقاعدہ شروع ہو جائے تو ٹھیک ہے علام کل ولی کل حجت ابن الحسن صلوات علیہ والا آبائی فی ہذہ الساعت وفی کل ساعت وليا وحافظا وقائدا وناصرا وجليلا وانا حتى تسكنه ارضك طوعا وتمتعه فيها طويلا يا رب صل على محمد وآل محمد علي 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 چرا حق دا نام حسین علی چرا قدرت دا حق دا نام حسین علی مظہر رب اکبر دا محرم نال حسین کل ایمان علی لوکو تے دین دا نام حسین
بسم اللہ الرحمن الرحیم نادرین مظہر العجائب والغرائب تجدہو ان لک فی النوائب کل ہم وغم سین جلی بے عظمتک یا اللہ یا اللہ یا اللہ بے نبوتک یا محمد یا محمد یا محمد بے ولایتک یا علی یا علی یا علی ادرکنی فی سبیل اللہ ولا تخلقنی بآواز بلند صلوات پڑھو اللہم صلی علی محمد و آل محمد کنا دوارث ساڈی اس کوشش نو عبادت شمار فرما جنہاں بندیاں اس مشن چ حصہ لیا جنہاں شروع کیتا کنا دوارث جنہاں شروع کیتا اس دنیا تے نہیں انہاں دیاں قبراں تے رحمت فرما محرمی محرم دے محرومین واسطے مولا اعلیٰ درجے دی جنت انہاں دا اعلیٰ مقام اہلین چ عطا فرما میرا اللہ مومنین دیاں گھراں تے رحمت فرما مومنین دیاں تنگ دستیاں بیماریاں تکلیفاں دور فرما صدقہ محمد و اہل بیت محمد دا میرا اللہ بڑا پورا شوق دورے ہر شریف دی عزت محفوظ فرما بارہویں آقا دا جلد ظہور فرما مریے حسین حسین کر دے اٹھی ویے علی علی کر دے دامن پنجاں تے باراں دا ہووے ہاتھ اساں گناہگاراں دا ہووے با آواز بلند صلوات پڑھو بسم اللہ الرحمن الرحیم کوئی ذاکری دعویٰ نہیں مینوں کچھ بھی نہیں سی آؤں ਉਦੋਂ ਮੈਂ ਤੁਹਾਡੇ 'ਚ ਪੜ੍ਹਦਾ ਅਤੇ ਜਿਹੜੇ ਮੈਂ ਚਾਰ ਲਫਜ਼ ਪਕਾਏ ਨੇ ਉਹ ਤੁਹਾਡੀਆਂ ਦਰਵਾਜ਼ਿਆਂ 'ਤੇ ਪਕਾਏ ਅੱਲਾ ਜੱਲਾ ਸ਼ਾਨੋ ਹੂ ਕੁਰਾਨ ਪਾਕ ਫਰਮਾਉਂਦਾ ਬੱਤਾ ਖੁੱਲ੍ਹਾ ਹਾ ਵਕੂਨੂ ਮਾ ਸਾਦਿਕੀਨ ਮੇਰੀਆਂ ਗੱਲਾਂ 'ਤੇ ਨਾ ਨਾਅਰੇ ਦੀ ਜ਼ਰੂਰਤ ਹੈ ਨਾ ਵਾਹ ਵਾਹ ਨਾ ਸੁਭਾਨ ਅੱਲਾ ਦੀ ਜ਼ਰੂਰਤ ਹੈ ਮੇਰੀਆਂ ਗੱਲਾਂ ਦੀ ਅਗਰ ਸਮਾਂ ਹੀ ਤੁਹਾਡੇ ਤੱਕ ਮੇਰਾ ਪੈਗਾਮ ਪਹੁੰਚ ਗਿਆ ਤਾਂ ਉਹ ਹੀ ਕਾਫੀ ਕਿਉਂਕਿ ਮੇਰੇ ਵਾਸਤੇ ਇਹ ਭੇਜਣ ਫਕਾਰਸ਼ਾਹ ਜੀ ਬੜਾ ਫਖਰ ਹੈ ਕਿ ਮੈਂ ਆਪਣੇ ਇਲਾਕੇ 'ਚ ਹੀ ਹਰ ਬੰਦੇ ਮੈਨੂੰ ਪੜ੍ਹਾਇਆ ਮੁਹਰਮ ਤਾਂ ਬੰਦੇ ਨਹੀਂ ਬਰਦਾਸ਼ਤ ਕਰਦੇ ਦਿਹਾੜੇ ਦਸ ਪੜ੍ਹਾਉਣਾ ਬੰਦੇ ਨੂੰ ਰੋਜ਼ ਇਹ ਬੜਾ ਕੰਮ ਹੈ ਅਤੇ ਮੈਂ ਇਲਾਕੇ ਹੀ ਤਰੇ ਚਾਰ ਜਗ੍ਹਾ 'ਤੇ ਮੁਹਰਮ ਪਿਆ ਪੜ੍ਹਨਾ ਇਹ ਤੁਹਾਡੀਆਂ ਬੜੀਆਂ ਮਿਹਰਬਾਨੀਆਂ ਨੇ ਵਤਕੁੱਲਾ ਵਕੂਨੂ ਮਾ ਸਾਦਿਕੀਨ ਅੱਲਾ ਸੇ ਡਰੋ ਔਰ ਸੱਚੋਂ ਕੇ ਸਾਥ ਹੋ ਜਾਓ ਥੋੜ੍ਹੇ ਜਿਹੇ ਤੁਸੀਂ ਵੀ ਇੱਥੇ ਅੱਗੇ ਆ ਜਾਓ ਨਾ ਗੱਲਾਂ ਕਰੀਏ ਆਪਸ ਵਿੱਚ ਅੱਲਾ ਤੋਂ ਡਰਨਾ ਉਦੋਂ ਵੀ ਜਦੋਂ ਸੱਚਿਆਂ ਦਾ ਸਾਥ ਦੇਣਾ ਹੈ ਔਰ ਸੱਚਿਆਂ ਦਾ ਸਾਥ ਬੰਦਾ ਉਦੋਂ ਹੀ ਦਿੰਦਾ ਜਦੋਂ ਅੱਲਾ ਤੋਂ ਡਰਦਾ ਤੋ ਸਾਬਤ ਹੋਇਆ ਜਿਹੜਾ ਬੰਦਾ ਸੱਚਿਆਂ ਨਾਲ ਨਹੀਂ ਹੁੰਦਾ ਉਹ ਅੱਲਾ ਤੋਂ ਕੋ ਨਹੀਂ ਡਰਦਾ ਹੁਣ ਵੇਖਣਾ ਹੈ ਸੱਚੇ ਕੌਣ ਨੇ ਉਹ ਸਾਦਕ ਕੌਣ ਨੇ ਨਜਰਾਨ ਦੇ ਸਾਈਆਂ ਨੂੰ ਪੈਗੰਬਰ ਖਤ ਲਿਖਿਆ ਅਤੇ ਫਰਮਾਇਆ ਮੈਂ ਅੱਲਾ ਦਾ ਸੱਚਾ ਨਬੀ ਹਾਂ ਅੱਲਾ ਇੱਕ ਹੈ ਉਹਦੀ ਵਾਅਦਾ ਨੀਅਤ ਦਾ ਇਕਰਾਰ ਕਰ ਲਓ ਜਹਨਮ ਤੋਂ ਬਚ ਜਾਓ ਅਤੇ ਜੰਨਤ ਵਾਲੇ ਪਾਸੇ ਆ ਜਾਓ ਉਹਨਾਂ ਅੱਗੇ ਨਹੀਂ ਯਾਰ ਰਸੂਲ ਅੱਲਾ ਅੱਲਾ ਇੱਕ ਹੈ ਲੇਕਿਨ ਉਹਦਾ ਪੁੱਤਰ ਜਿਹੜਾ ਉਹ ਈਸਾ ਈਸਾ ਇਬਨ ਅੱਲਾ
ਪੈਗੰਬਰ ਫਰਮਾਇਆ ਨਹੀਂ ਈਸਾ ਇਬਨੁੱਲਾ ਨਹੀਂ ਈਸਾ ਅਬਦੁੱਲਾ, ਈਸਾ ਅੱਲਾ ਦਾ ਪੁੱਤਰ ਨਹੀਂ ਅੱਲਾ ਦਾ ਬੰਦਾ। ਉਹ ਗੱਲ ਦੀ ਸਮਝ ਆਉਂਦੀ ਪਿਛਾਰੇ? ਉਹਨਾਂ ਆਖਿਆ ਨਹੀਂ ਜੀ, ਈਸਾ ਦੀ ਮਾਂ ਜੀ ਮਾਂ ਕਿਸੇ ਦੀ ਨਹੀਂ, ਔਰ ਬਗੈਰ ਬਾਪ ਦੇ ਈਸਾ ਪੈਦਾ ਹੋਇਆ ਤੇ ਅੱਲਾ ਦਾ ਪੁੱਤਰ। ਫਿਰ ਹਜ਼ੂਰ ਉਹਨਾਂ ਕੋਲ ਗਏ, ਅੱਲਾ ਕਿਹਾ ਕੁਰਾਨ ਪੜ੍ਹ ਕੇ ਸੁਣਾਓ। ਕੁਲ ਵੱਲਾ ਅਹਦ ਅੱਲਾ ਉਸਮਦ ਲਮ ਯਲਿਦ ਵਲਮ ਯੂਲਦ ਵਲਮ ਯਕੁਲ ਲਹੂ ਕੁਫੁਵਨ ਅਹਦ, ਕਿ ਉਹਨਾਂ ਨੂੰ ਕਹੋ ਅੱਲਾ ਇੱਕ ਹੈ, ਅੱਲਾ ਬੇਨਿਆਜ਼ ਹੈ, ਅੱਲਾ ਨਾ ਕਿਸੇ ਦਾ ਪਿਓ ਹੈ ਅਤੇ ਨਾ ਅੱਲਾ ਕਿਸੇ ਦਾ ਪੁੱਤਰ ਹੈ। ਇਸ ਵਾਸਤੇ ਅੱਲਾ ਦਾ ਕੋਈ ਔਲਾਦ ਹੀ ਨਹੀਂ, ਨਾ ਕਿਸੇ ਦਾ ਬਾਪ ਹੈ, ਈਸਾ ਅੱਲਾ ਦਾ ਪੁੱਤਰ ਨਹੀਂ। ਉਹਨਾਂ ਕਹਿੰਦੇ ਨਹੀਂ ਜੀ, ਅਸਾਂ ਨਹੀਂ ਮੰਨਣਾ। ਅੱਲਾ ਫਰਮਾਇਆ ਲੜਨਾ ਨਹੀਂ ਉਹਨਾਂ ਨਾਲ। ਜਦੋਂ ਵੀ ਕੋਈ ਕਿਸੇ ਤਕਾਬਲ 'ਚ ਆਉਂਦਾ ਨਾ ਭਾਈ ਜ਼ੁਲਫ਼ਕਾਰ ਸ਼ਰੀਫ, ਅੱਧੀ ਗੱਲ ਮੈਂ ਕਰ ਲਈਏ ਤੁਹਾਡੀਆਂ ਫਿਰਦਿਆਂ ਟੁੱਟਦਿਆਂ। ਅੱਛਾ ਅੱਛਾ, ਪੈਗੰਬਰ ਫਰਮਾਇਆ ਅੱਲਾ ਇੱਕ ਹੈ, ਅੱਲਾ ਦਾ ਨਾਂ ਪੁੱਤਰ ਹੈ ਅਤੇ ਨਾ ਅੱਲਾ ਕਿਸੇ ਦਾ ਪਿਓ ਹੈ। ਈਸਾ ਅੱਲਾ ਦਾ ਪੁੱਤਰ ਨਹੀਂ, ਅੱਲਾ ਦਾ ਬੰਦਾ ਹੈ। ਅੱਲਾ ਫਰਮਾਇਆ ਨਾਲ ਲੜਨਾ ਨਹੀਂ, ਇੱਕ ਹੁੰਦਾ ਮੁਕਾਬਲਾ, ਇੱਕ ਹੁੰਦਾ ਮੁਨਾਜ਼ਰਾ, ਇੱਕ ਹੁੰਦਾ ਮੁਬਾਲਾ। ਮੁਕਾਬਲੇ ਵਿੱਚ ਜਿਸਮਾਨੀ ਤਾਕਤ ਦਾ ਇਜ਼ਹਾਰ ਕੀਤਾ ਜਾਂਦਾ, ਜਿਹੜਾ ਤਗੜਾ ਹੁੰਦਾ ਉਹ ਢਾਹ ਲੈਂਦਾ, ਜਿਹੜਾ ਮਾੜਾ ਹੁੰਦਾ ਉਹ ਪੈ ਜਾਂਦਾ। ਮੁਨਾਜ਼ਰਾ ਹੁੰਦਾ ਇਲਮੀ ਮੁਕਾਬਲਾ, ਬਿਸਮਿਲਲਾ, ਇਲਮ ਦੀ ਤਾਕਤ ਨਾਲ ਕਿਸੇ ਨੂੰ ਢਾਣਾ, ਦਲੀਲ ਨਾਲ, ਕੁਰਾਨ ਦੀ ਆਇਤ ਨਾਲ, ਹਦੀਸ ਨਾਲ, ਉਸ ਨੂੰ ਬਾਅਦ ਮੁਨਾਜ਼ਰਾ। ਜਿਹੜਾ ਮੁਬਾਲਾ ਹੁੰਦਾ ਨਾ, ਉਹਦੇ 'ਚ ਰੂਹਾਨੀ ਤਾਕਤਾਂ ਦਾ ਇਸਤੇਮਾਲ ਕਰਨਾ ਹੁੰਦਾ, ਜਿਹਦੀਆਂ ਰੂਹਾਨੀ ਤਾਕਤਾਂ ਵੱਧ ਜਾਣ ਉਹ ਜੁੱਤ ਜਾਂਦਾ, ਜਿਹੜਾ ਰੂਹਾਨੀ ਤਾਕਤਾਂ ਥੋੜ੍ਹੀਆਂ ਹੋਣ ਉਹ ਹਰ ਜਾਂਦਾ। ਅੱਲਾ ਫਰਮਾਇਆ ਮੁਕਾਬਲਾ ਉਹਨਾਂ ਨਾਲ ਕਰਨਾ ਨਹੀਂ, ਸਰਕਾਰ ਫਰਮਾਇਆ ਫਿਰ ਮੁਨਾਜ਼ਰਾ ਮੈਂ ਉਹਨਾਂ ਨਾਲ ਕਰ ਆਇਆ, ਉਹ ਮੰਨਦੇ ਨਹੀਂ, ਉਹ ਆਂਹਦੇ ਨੇ ਈਸਾ ਅੱਲਾ ਦਾ ਪੁੱਤਰ ਹੈ, ਮੈਂ ਆਹ ਨਾ ਈਸਾ ਅੱਲਾ ਦਾ ਬੰਦਾ। ਫਿਰ ਕਰਾਂ ਕੀ ਮੌਲਾ? ਅੱਲਾ ਫਰਮਾਇਆ ਉਹਨਾਂ ਨੂੰ ਆ, ਤੁਸੀਂ ਆਪਣੇ ਪੁੱਤਰ ਲੈਵੋ, ਮੈਂ ਆਪਣੇ ਪੁੱਤਰ ਲੈਵਾਂ, ਤੁਸੀਂ ਆਪਣੀਆਂ ਬੀਬੀਆਂ ਲੈਵੋ, ਮੈਂ ਆਪਣੀਆਂ ਬੀਬੀਆਂ ਲੈਵਨਾ, ਤੁਸੀਂ ਆਪਣੇ ਨਫਸ ਲੈਵੋ, ਆਪਣੀਆਂ ਜਾਨਾਂ ਲੈਵੋ, ਮੈਂ ਆਪਣੀਆਂ ਜਾਨਾਂ ਲੈਣਾ, ਇਕੱਠੇ ਹੋ ਕੇ ਲਾਨਤ ਕਰਨੇ ਆ, ਜਿਹੜਾ ਝੂਠਾ ਹੋਇਆ ਉਹ ਗਰਕ ਹੋ ਜਾਏਗਾ, ਜਿਹੜਾ ਸੱਚਾ ਹੋਇਆ ਉਹ ਬਚ ਜਾਏਗਾ। ਇੱਥੋਂ ਤੱਕ ਗੱਲ ਦੀ ਸਾਰਿਆਂ ਨੂੰ ਸਮਝ ਆ ਗਈ? ਤਰੀਖ ਰੱਖ ਲਈ ਗਈ, ਪੈਗੰਬਰ ਆਏ ਮਦੀਨੇ ਅਤੇ ਸਾਹਬਾਂ ਨੂੰ ਕੀਤਾ ਇਕੱਠਿਆਂ, ਬਲਕਿ ਸਾਹਬਾ ਪੁੱਛਿਆ ਯਾਰ ਸੂਲਾ ਨਜਰਾਨ ਦਿਆਂ ਸਾਈਆਂ ਕੋਲ ਗਏ ਆ ਉਹ, ਤਾਂ ਉਹਨਾਂ ਨਾਲ ਕੀ ਗੱਲ ਮੁੱਕੀ ਜੇ? ਅਹ ਉਹਨਾਂ ਨਾਲ ਮੁਬਾਲਾ ਰਹੀ ਗਿਆ ਅਤੇ ਅਰਬ ਵਾਲਿਆਂ ਪਹਿਲੀ ਵਾਰੀ ਮੁਬਾਲੇ ਦਾ ਨਾਂ ਸੁਣਿਆ ਸੀ। ਅਹ ਜੀ ਉਹ ਕਿਵੇਂ ਕਰੀਦਾ? ਉਹਨਾਂ ਆਖਿਆ ਵਾ ਸੱਚੇ ਝੂਠਿਆਂ 'ਤੇ ਲਾਨਤ ਕਰਦੇ ਨੇ, ਜਿਹੜਾ ਝੂਠਾ ਹੁੰਦਾ ਉਹ ਗਰਕ ਹੋ ਜਾਂਦਾ, ਜਿਹੜਾ ਸੱਚਾ ਹੁੰਦਾ ਉਹ ਬਚ ਜਾਂਦਾ। ਜੀ ਕਦੋਂ ਜਾਣਾ? ਪਰਸੋਂ ਜਾਣਾ। ਬੰਦੇ ਘਰ ਜਾ ਕੇ ਸਾਰੇ ਮਦੀਨੇ ਦੀ ਤਿਆਰੀ ਕਰਨ ਲੱਗ ਪਏ। ਉਹਨਾਂ ਆਖਿਆ ਪਰਸੋਂ ਨਬੀ ਦੇ ਨਾਲ ਜਾਣਾ,
ਉੱਥੇ ਝੂਠਿਆਂ 'ਤੇ ਲਾਹਨਤ ਕਰਨੀ ਹੈ। ਤੁਸੀਂ ਨਾ ਬੋਲੋ, ਮੈਨੂੰ ਏਡਾ ਚਾਅ ਕੋ ਨਹੀਂ, ਗੱਲ ਬੜੀ ਸੋਹਣੀ ਸ਼ੁਰੂ ਹੈ, ਲੇਕਿਨ ਇਹ ਗੱਲ ਬੋਲਣ ਵਾਲੀ ਜਿਹੜੀ ਮੈਂ ਕਰਨਾ ਪਿਆ। ਹਜ਼ੂਰ ਫਰਮਾਇਆ, ਸਾਰੇ ਤਿਆਰੀ ਪੇ ਕਰਦੇ, ਹਜ਼ਰਤ ਬਿਲਾਲ ਆਏ, ਹਜ਼ਰਤ ਸਲਮਾਨ ਆਏ, ਉਹਨਾਂ ਆਖਿਆ ਯਾਰ ਸੁਣੋ, ਸਾਰਾ ਮਦੀਨਾ ਤਿਆਰ ਪਿਆ ਹੁੰਦਾ, ਸਾਰਿਆਂ ਜਾਣਾ। ਹਜ਼ੂਰ ਫਰਮਾਇਆ, ਸਾਰਿਆਂ ਨਹੀਂ ਜਾਣਾ, ਸੱਚੀਆਂ ਜਾਣਾ, ਸੱਚੀਆਂ ਜਾਣਾ। ਅਤੇ ਸਰਕਾਰ, ਉਹ ਤਾਂ ਸਾਰਾ ਮਦੀਨਾ ਹੀ ਤਿਆਰ ਹੈ। ਗੱਲ ਪੈਗੰਬਰ ਬੜੀ ਸੋਹਣੀ ਕੀਤੀ ਸਲੇਮਾਨ ਨੂੰ, ਆਖਿਆ ਸਲੇਮਾਨ ਮਦੀਨੇ ਦੇ ਚੌਕ 'ਚ ਟੁਰ ਜਾ ਕੇ ਐਲਾਨ ਕਰ, ਜਾਣਾ ਉਸ ਜਿਸ ਮਾਂ ਦੀ ਝੋਲੀ ਤੋਂ ਲੱਗ ਕੇ ਹੁਣ ਤਾਈਂ ਝੂਠ ਬੋਲੇ ਹੀ ਕੋਈ ਨਹੀਂ। ਸਲੇਮਾਨ ਐਲਾਨ ਕੀਤਾ, ਫਿਰ ਤਿਆਰੀਆਂ ਖਤਮ ਹੋ ਗਈਆਂ। ਪੈਗੰਬਰ ਮਸਜਿਦ 'ਚੋਂ ਉੱਠੇ ਅਤੇ ਆਲੀਆ ਦੇ ਵਿਹੜੇ ਆਏ, ਆ ਕੇ ਇੱਕ ਨਾ ਦੁਆ ਮੰਗੀ, ਔਰ ਪੈਗੰਬਰ ਰੋ ਪਏ। ਬੀਬੀ ਹੈਰਾਨ ਹੋ ਕੇ ਆਖਿਆ, ਬਾਬਾ ਜੀ ਤੁਸੀਂ ਦੁਆ ਪੇ ਮੰਗਦੇ ਹੋ ਨਾ? ਇਹ ਦੁਆ ਮਲਾ ਉਸ ਵੇਲੇ ਮੰਗਦੇ ਨੇ ਜਦੋਂ ਕਸ਼ਤੀ ਭੰਵਰ 'ਚ ਫਸ ਜਾਂਦੀ ਹੈ। ਹਜ਼ੂਰ ਫਰਮਾਇਆ, ਕੰਮ ਮੇਰੇ ਨਾਲ ਵੀ ਥੋੜ੍ਹਾ ਨਹੀਂ, ਮੈਨੂੰ ਸੱਚੇ ਚਾਹੀਦੇ ਨੇ ਅਤੇ ਸੱਚੇ ਤੇਰੇ ਦਰਵਾਜ਼ੇ ਤੋਂ ਲੱਭਣੇ। ਪੰਜ ਤਿਆਰ ਹੋਏ ਔਰ ਪੈਗੰਬਰ ਨੇ ਮੌਲਾ ਮਾਮ ਹੁਸੈਨ ਅਲੈਹਿਸਲਾਮ ਨੂੰ ਚਾਹ ਲਿਆ ਅਤੇ ਮੌਲਾ ਹਸਨ ਨੂੰ ਉਂਗਲੀ ਨਾਲ ਫੜ ਲਿਆ। ਬੀਬੀ ਆਖਿਆ, ਮੈਂ ਚੁੱਕਣੀ ਆ। ਮੌਲਾ ਅਲੈਹਿਸਲਾਮ ਫਰਮਾਇਆ, ਹਸਨ ਨੂੰ ਮੈਂ ਚੁੱਕਣਾ। ਪੈਗੰਬਰ ਫਰਮਾਇਆ, ਮੌਲਵੀ ਬੜੀ ਤਨਕੀਦ ਕਰਨੀ ਹੈ, ਬੜਾ ਵਕਤ ਆਉਣਾ। ਬੱਚੇ ਸਨ, ਮਾਂ ਅਤੇ ਪਿਓ ਨਾਲ ਟੁਰ ਗਏ, ਮੈਂ ਆਪ ਚੁੱਕ ਕੇ ਦੁਨੀਆਂ ਨੂੰ ਦੱਸਣਾ ਚਾਹੁੰਦਾ, ਹਸਨ ਹੁਸੈਨ ਆਪ ਨਹੀਂ ਗਏ, ਦੀਨ ਦੀ ਜ਼ਰੂਰਤ ਬਣ ਕੇ ਗਏ ਨੇ। ਉਸ ਬੰਦੇ ਦਾ ਨਾਂ ਸੀ ਆਕਿਬ, ਜਿਹੜਾ ਈਸਾਈਆਂ ਦਾ ਪਾਦਰੀ ਸੀ। ਕੋਈ 100 ਤੋਂ ਵੀ ਚੁੱਕ ਸੀ ਉਹਦੀ ਉਮਰ ਸੀ, ਇੰਜ ਕਰਕੇ ਉਹ ਵਹਿੰਦਾ ਸੀ ਬਰਵੱਟੇ ਚੁੱਕ ਕੇ। ਉਸ ਨਿੱਕਿਆਂ ਤਰੋਂ ਪਾਦਰੀਆਂ ਨੂੰ ਆਖਿਆ, ਵਾ ਵੇਖੋ ਉਹ ਆਉਂਦੇ ਨੇ ਪਏ। ਉਹਨੇ ਆਖਿਆ, ਜੀ ਆਉਂਦੇ ਨੇ। ਤੇ ਕਿੰਨੇ ਨੇ? ਆਖਿਆ, ਜੀ 4 ਨੇ, ਇੱਕ ਪੈਗੰਬਰ ਚੁੱਕੇ ਆ, ਇਹ ਉਂਗਲੀ ਨਾਲ, ਪਿੱਛੇ ਉਹਦਾ ਵੀਰ ਅਲੀ ਹੈ। ਉਸ ਅੱਗੇ 4 ਹੋ ਨਹੀਂ ਸਕਦੇ, ਜੋ ਕੋ ਮੈਂ ਅੰਜੀਲ 'ਚ ਪੜ੍ਹਿਆ, 4 ਨਹੀਂ 5 ਆਉਣੇ। ਤਵੱਜੋ ਨਾਲ ਵੇਖੋ। ਉਹਨਾਂ ਅੱਗੇ ਜੀ, ਅਸੀਂ ਬੜੀ ਤਵੱਜੋ ਨਾਲ ਵੇਖਿਆ, ਅੱਗੇ ਮੁਹੰਮਦ ਦੇ ਪਿੱਛੇ ਅਲੀ ਹੈ। ਉਹ ਜਿਹੜੀ ਹਸਤੀ ਵਿਚਕਾਰ ਇਹਨਾਂ ਨੂੰ ਨਜ਼ਰ ਨਹੀਂ ਆਉਂਦੀ, ਉਹਦੇ ਸਿਰ 'ਚੋਂ ਇੱਕ ਨੂਰ ਦੀ ਲਾਈਟ ਨਿਕਲਦੀ ਹੈ ਅਤੇ ਅਸਮਾਨ ਤੱਕ ਜਾਂਦੀ ਹੈ। ਉਸ ਆਖਿਆ, ਉਹ ਅਸਲ ਸਿਰ ਜਿਹੜੀ ਨੂਰ ਦੀ ਲਹਿਰ ਨਿਕਲ ਕੇ ਅਸਮਾਨ ਨਾਲ ਜਾਂਦੀ, ਮੈਨੂੰ ਕਸਮ ਹੈ ਈਸਾ ਓ ਮਰੀਮ ਦੀ, ਅਗਰ ਉਸ ਬਦ ਦੁਆ ਕਰ ਛੜੀ, ਸਾਡਾ ਦੁਨੀਆ ਤੋਂ ਨਾਮੋ ਨਿਸ਼ਾਨ ਮਿਟ ਜਾਏਗਾ। ਮਿਹਰਬਾਨੀ ਕਰੋ, ਉਹਨਾਂ ਨੂੰ ਡੱਕੋ। ਈਰਾਨ ਨੇ ਫਿਲਮ ਬਣਾਈ ਹੈ ਇਸ ਉੱਤੇ ਮੁਬਾਲੇ, ਉਹ ਤੁਸੀਂ ਕਦੇ ਵੇਖੋ ਨਾ, ਬੜੀ ਹਨੇਰੀ ਝੁਲਦੀ ਹੈ, ਔਰ ਫਿਰ ਬੰਦੇ ਦੌੜਦੇ ਨੇ ਔਰ ਫਿਰ ਗਿਰ ਪੈਂਦੇ ਨੇ। ਗਿਰਦੇ ਗਿਰਦੇ ਅੱਗੇ ਉਹ 3 ਬੰਦੇ ਪਹੁੰਚਦੇ ਨੇ ਅਤੇ ਨਬੀ ਪਾਕ ਨੂੰ ਫਰਮਾਉਂਦੇ, ਰੁੱਕ ਜਾਓ, ਅੱਗੇ ਨਾ ਆਵਿਓ, ਅਸੀਂ ਹਾਰ ਗਏ ਹਾਂ, ਤੁਸੀਂ ਜੁੱਤ ਗਏ ਹੋ, ਬਦ ਦੁਆ ਨਾ ਕਰਿਓ। ਉੱਥੇ ਪੈਗੰਬਰ ਫਰਮਾਉਂਦੇ ਨੇ ਕਿ ਮੈਨੂੰ ਕਸਮ ਹੈ ਉਸ ਅੱਲਾ ਦੀ ਜਿਹਦੇ ਕਬਜ਼ਾ ਕੁਦਰਤ ਮੇਰੀ ਜਾਨ ਹੈ, ਅਗਰ ਮੈਂ ਅਤੇ ਮੇਰੀ ਬੇਟੀ ਬਦ ਦੁਆ ਮੰਗਦੇ, ਤੁਸੀਂ ਸੂਰ ਅਤੇ ਬਾਂਦਰ ਬਣ ਜਾਣਾ ਸੀ। ਗੱਲ ਦੀ ਸਮਝ ਸਾਰਿਆਂ ਨੂੰ ਆ ਗਈ ਹੈ, ਪੈਗਾਮ ਪਹੁੰਚ ਗਿਆ ਕਿ ਇਹਨਾਂ ਪੰਜਾਂ ਤੋਂ ਸਵਾ ਕੋਈ ਗੁਜ਼ਾਰਾ ਨਹੀਂ। ਉਹਨਾਂ ਕਿਹਾ, ਯਾ ਰਸੂਲਾ, ਤੁਸੀਂ ਜੁੱਤ ਗਏ ਹੋ, ਅਸੀਂ ਹਾਰ ਗਏ ਹਾਂ, ਲੇਕਿਨ ਅਸਾਂ ਗੱਲ ਜਿਹੜੀ ਹੈ ਈਸਾਈਅਤ ਵਾਲੀ ਉਹ ਨਹੀਂ ਛੱਡਣੀ, ਅਸੀਂ ਜਜ਼ੀਆ ਦਿੰਦੇ ਹਾਂ। ਉਹਨਾਂ ਜਜ਼ੀਆ ਦਿੱਤਾ,
ਜਜ਼ੀਆ ਦੇਣ ਤੋਂ ਬਾਅਦ ਨਾ ਉਸ ਆਕਬ ਨੇ ਇੱਕ ਐਡੀ ਸਾਰੀ ਗੱਠੜੀ ਦਿੱਤੀ। ਹਜ਼ੂਰ ਫਰਮਾਇਆ ਜਜ਼ੀਆ ਲੈ ਲਿਆ, ਇਹ ਗੱਠੜੀ ਕਰਦੀ। ਉਸ ਆਕਬ ਆਖਿਆ ਜੀ ਗੱਠੜੀ ਇਸ ਦੀ ਜਿਹੜਾ ਧੀ ਦਿਨ ਨੂੰ ਤਕਲੀਫ ਦਿੱਤੀ ਹੈ, ਘਰੋਂ ਚੱਲ ਕੇ ਅਤੇ ਬਾਹਰ ਤਾਂ ਆਈ ਹੈ, ਸਾਨੂੰ ਮਾਫ ਕਰੀ, ਇਹਦੇ ਕੋਲ ਸਾਨੂੰ ਮਾਫ ਇਹ ਸਾਡੀ ਤਰਫੋਂ ਪੇਸ਼ ਕਰੀ। ਅਫਸੋਸ ਇਸ ਗੱਲ ਦਾ, 1400 ਸਾਲ ਤੋਂ ਮਿੱਟੀਆਂ 'ਤੇ ਬਹਿ ਕੇ ਫਿਰ ਆਉਂਦੇ ਹਾਂ, ਜਿਹਦਾ ਈਸਾਈਆਂ ਹਯਾ ਕੀਤਾ, ਮੁਸਲਮਾਨਾਂ ਦੇ ਦਰਬਾਰ 'ਚ 4 ਘੰਟੇ ਖਲੋਤੀ ਰਹੀ ਅਤੇ ਆਦਰੀ ਉਹ ਮੈਂ ਸੱਚੀ ਮਾਂ ਦੀ ਸੱਚੀ। ਬਸ ਇੱਕ ਬੈਂਡ ਕਰਾਂ ਅਤੇ ਮੁਕਾਵਾਂ। 75 ਜਾਂ 95 ਦਿਨ ਪਿਓ ਤੋਂ ਬਾਅਦ ਜ਼ਿੰਦਾ ਰਹੀ, ਸੱਜੇ ਹੱਥ ਨਾਲ ਤਸਬੀਹ ਨਹੀਂ ਪੜ੍ਹ ਸਕੀ, ਸੱਜੇ ਹੱਥ ਨਾਲ ਮਾਂ ਅਲੀ ਨੂੰ ਸਲਾਮ ਨਹੀਂ ਕਰ ਸਕੀ। ਡਰ ਡਰ ਹੁੰਦੀ ਬਤੂਲ, ਅਤੇ ਮੁਸਲਮਾਨ ਅਲੀ ਦੀ ਰੋਜ਼ਾ ਦੇ ਰੋਣ ਤੋਂ ਤੰਗ ਆ। ਇੱਕ ਰਾਤ ਨੂੰ ਹਜ਼ਰਤ ਅਲੀ ਬੜਾ ਡਾਢਾ ਪੇ ਰੋਂਦੇ ਹਨ, ਸ਼ਮਾਉਣ ਯਹੂਦੀ ਦਰਵਾਜ਼ੇ 'ਤੇ ਦਸਤਕ ਦਿੱਤੀ, ਯਾ ਅਲੀ ਤੂੰ ਤਾਂ ਫਾਤਿਹ ਖੈਬਰ ਉਹ ਖੰਦਕ ਉਹ ਦੇ। ਅਰਬ ਵਿੱਚ ਬੀਵੀ ਦੇ ਗਮ 'ਚ ਰੋਣਾ ਇੱਕ ਤੋਹੀਨ ਸਮਝੀ ਜਾਂਦੀ, ਜ਼ਾਲ ਦੇ ਗਮ 'ਚ ਰੋਣਾ ਹੈ। ਫਰਮਾਇਆ ਮੈਂ ਜ਼ਾਲ ਦੇ ਗਮ 'ਚ ਨਹੀਂ ਰੋਂਦਾ, ਰੋਂਦਾ ਇਸ ਵਾਸਤੇ ਆ ਜਿਹੜੀ ਇਮਾਨਤ ਮੈਨੂੰ ਮੁਹੰਮਦ ਦਿੱਤੀ ਹੈ ਉਹ ਮੈਂ ਸਾਬਤ ਵਾਪਸ ਨਹੀਂ ਕਰ ਸਕਦਾ। ਆਖਰੀ ਵਕਤ ਆਇਆ, 30 ਵਸੀਅਤਾਂ ਨੇ ਬੀਬੀ ਦੀਆਂ, ਜੇ 2-3 ਸੁਣ ਲਓ। ਯਾ ਅਲੀ ਮੇਰਾ ਜਨਾਜ਼ਾ ਰਾਤ ਨੂੰ ਚਾਹੀਂ, ਯਾ ਅਲੀ ਮੇਰੇ ਜਨਾਜ਼ੇ ਚੋਖੇ ਬੰਦੇ ਨਾ ਆਉਣ, ਯਾ ਅਲੀ ਮੇਰੀ ਕਬਰ ਦਾ ਨਿਸ਼ਾਨ ਮਿਟਾ ਛੋੜੀ, ਯਾ ਅਲੀ ਮੇਰੇ ਹੁਸੈਨ ਨੂੰ ਤਰੇ ਬੜੀ ਲੱਗਦੀ ਹੈ। ਇੱਕ ਐਸੀ ਵਸੀਅਤ ਕੀਤੀ ਬਹਾਦਰ ਅਲੀ ਰੋ ਪਏ, ਫਰਮਾਏ ਯਾ ਅਲੀ ਦਿਨ ਨੂੰ ਘਰ ਨਾ ਆਵੀਂ, ਮੌਲਾ ਤੁਹਾਡੀਆਂ ਨਸਲਾਂ ਆਬਾਦ ਰੱਖੇ। ਫਰਮਾਇਆ ਘਰ ਮੇਰਾ, ਧੀਆਂ ਮੇਰੀਆਂ ਨੇ, ਪੁੱਤਰ ਮੇਰੇ ਨੇ, ਮੈਂ ਦਿਨ ਨੂੰ ਕਿਉਂ ਨਾ ਆਵਾਂ। ਫਰਮਾਇਆ ਅੱਗੇ ਤੁਸੀਂ ਵਿਹੜੇ ਆਉਂਦੇ ਹੋ ਨਾ, ਜ਼ੈਦਬ ਮੇਰੀ ਕੰਨ ਦੇ ਪਿੱਛੇ ਖਲੋ ਜਾਂਦੀ ਹੈ, ਇਹ ਆ ਜੀ ਮੈਂ ਹੋਣਾ ਕੋਈ ਨਹੀਂ, ਉਹ ਮੇਰੀ ਵੱਡੀਆਂ ਸ਼ਰਮਾ ਵਾਲੀ ਧੀਏ। ਅਫਸੋਸ ਜਿਹੜੀ ਪਿਓ ਦੇ ਸਾਹਮਣੇ ਗੱਲ ਨਹੀਂ ਕਰਦੀ, ਬਾਜ਼ਾਰਾਂ ਦਰਬਾਰਾਂ 'ਚ ਰੁਲ ਗਈ। ਅਚਾਨਕ ਫਰਮਾਇਆ ਉਮੇ ਅਮਨ ਫਿਜ਼ਾ, ਮੈਨੂੰ ਰਾਤ ਨੂੰ ਖਾਬਾ ਬਖਾਬ 'ਚ ਮਿਲਿਆ, ਫਰਮਾਇਆ ਤੇਰੇ ਦੁੱਖ ਮੁੱਕ ਗਏ, ਕੱਲ੍ਹ ਤੋਂ ਮੇਰੇ ਕੋਲ ਹੋਵੇਗੀ, ਖਾਣਾ ਮੈਂ ਹੱਥਾਂ ਨਾਲ ਪੁਕਾ ਚੱਲੀ, ਪੁੱਤਰਾਂ ਨੂੰ ਮੈਂ ਨਾਨੇ ਦੀ ਕਬਰ 'ਤੇ ਭੇਜਿਆ। ਅਲਾਮਾ ਅਜ਼ਹਰ ਹਜ਼ਾਦੀ ਫਰਮਾਉਂਦੇ ਹਨ, ਬਹਾਨਾ ਹੀ ਪੁੱਤਰਾਂ ਨੂੰ ਕਬਰ 'ਤੇ ਭੇਜਣ ਦਾ, ਮਾਂ ਪੁੱਤਰਾਂ ਦੇ ਸਾਹਮਣੇ ਔਖਾ ਮਰਨਾ ਨਹੀਂ ਚਾਹੁੰਦੀ। ਪੁੱਤਰ ਨਾਨੇ ਦੀ ਕਬਰ 'ਤੇ ਆ ਗਏ, ਪਹਿਲੇ ਹਸਨ ਅੱਗੇ ਵਧੇ ਅਤੇ ਨਾਨੇ ਦੀ ਕਬਰ ਦੇ ਕੋਲ ਖਲੋ ਕੇ, ਨਾਨਾ ਸਾਡੀ ਮਾਂ ਡਾਡੀ ਬਿਮਾਰ ਹੈ, ਨਾਨਾ ਅੱਗੇ ਸਾਡੇ ਨਾਲ ਗੱਲ ਕਰਦੀ ਆਈ, ਹੁਣ ਗੱਲ ਗੱਲ ਤੋਂ ਰੋ ਪੈਂਦੀ ਹੈ, ਨਾਨਾ ਇੱਕ ਤਮਾ ਦਿੰਦੇ ਅਸਾਂ ਮਾਂ ਦਾ ਚਿਹਰਾ ਨਹੀਂ ਵੇਖਿਆ। 5 ਵੈਣ ਪੀਰ ਨਵਾਬ ਸ਼ਾਹ ਜੀ ਮੌਲਾ ਹਸਨ ਕੀਤੇ, ਕਬਰ 'ਚੋਂ ਕੋਈ ਆਵਾਜ਼ ਨਾ ਆਈ। ਹੁਸੈਨ ਪਿੱਛੇ ਖਲੋ, ਕਦੇ ਨਾਨੇ ਦੀ ਕਬਰ ਵੇਂਦਾ, ਕਦੇ ਰੋਂਦੇ ਵੀਰ ਨੂੰ ਵੇਂਦਾ। ਅੱਗੇ ਵੱਧ ਕੇ ਆਉਂਦਾ, ਪਿੱਛੇ ਅੱਟ ਅਮੀਰਾਂ ਨੂੰ ਮੰਗਣ ਦੀ ਜਾਚ ਨਹੀਂ ਹੁੰਦੀ, ਤੂੰ ਅਮੀਰੇ ਮੈਂ ਗਰੀਬਾਂ, ਨਾਨੇ ਦੀ ਕਬਰ ਦੀ ਪਵਾਦੀ ਇੰਜ ਬੈਠੇ ਜਿਵੇਂ ਮਦੀਨੇ ਦੇ ਮੁਸਾਫਰ ਬਾਂਧਦੇ ਨੇ, ਸੱਜਾ ਹੱਥ ਫਾਨੇ ਦੀ ਕਬਰ 'ਤੇ ਰੱਖ ਕੇ ਆਉਂਦੇ, ਨਾਨਾ ਅਮੀਰਾਂ ਦੇ ਦਾਵੇ ਅਮੀਰਾਂ ਲਿਆਉਂਦੇ ਨੇ, ਮੈਂ ਤੇਰਾ ਗਰੀਬ ਪੁੱਤਰ ਹਾਂ। ਅਮੀਰ ਆਪਣੀ ਮਰਜ਼ੀ ਨਾਲ ਪਿਆ ਦੱਸਦਾ, ਨਾਨਾ ਗਰੀਬ ਆਪਣੀ ਮਰਜ਼ੀ ਨਾਲ ਪਿਆ ਦੱਸਦਾ, ਸਾਡੀ ਮਾਂ ਬਿਮਾਰ ਨਹੀਂ, ਸਾਡੀ ਮਾਂ ਜ਼ਖਮੀ ਹੈ।
ਨਾਨਾ ਕਬਰ ਚੋਂ ਬਾਹਰ ਤੇ ਪੁੱਛ ਸਾਡੀ ਮਾਂ ਨੂੰ ਮੁਸਲਮਾਨਾਂ ਕਿਉਂ ਮਾਰਿਆ। ਮੈਂ ਪੜ ਗਿਆ ਪੰਜ ਵਾਇਣ ਹਸਨ ਕੀਤੇ ਕੋਈ ਆਵਾਜ਼ ਨਹੀਂ ਆਈ, ਪਤਾ ਨਹੀਂ ਮਜ਼ਲੂਮੇ ਕਰਬਲਾ ਦੀ ਆਵਾਜ਼ 'ਚ ਕਿਹੜਾ ਅਸਰ ਰਹੀ। ਪਹਿਲੇ ਵਾਇਣ ਤੇ ਵਲਾਇਲ ਦੀਆਂ ਜ਼ੁਲਫਾਂ ਵਾਲਾ ਕਮਰ ਚੋਂ ਬਾਹਰ ਆਇਆ ਏ, ਕਮਰ ਚੋਂ ਬਾਹਰ ਆ ਕੇ ਵਲਾਇਲ ਦੀਆਂ ਜ਼ੁਲਫਾਂ ਵਾਲਾ ਬਣੀ ਜੀ ਮੈਨੂੰ ਆਸਿਆਂ ਦੇ ਚਿਹਰੇ ਚੁੰਮ ਗਿਆ ਤਾਂ ਇੱਥੇ ਰਹਿਣਾ ਏ ਤੁਹਾਡੀ ਮਰਜ਼ੀ ਏ, ਘਰ ਜਾਣਾ ਹੋਵੇ ਤੁਹਾਡੀ ਮਰਜ਼ੀ ਏ, ਮਾਲਾ ਦੀ ਮਹਿਮਾਨ ਏ। ਇਹੋ ਵਜਾਈ ਜੋ ਨਾ ਲੈਣਾ ਨਹੀਂ ਪਾਈਆਂ, ਇਹੋ ਵਜਾਈ ਜੋ ਮਾਮੇ ਨਹੀਂ ਸੰਭਲੇ, ਅੱਗੇ ਅੱਗੇ ਹਸਣੇ ਪਿੱਛੇ ਪਿੱਛੇ ਹੁਸੈਨ ਏ। ਗਲੀ ਦਾ ਮੋੜ ਮੁੜਿਆ ਜੋ ਪੈਰ ਦੀ ਠੋਕਰ ਲੱਗੀ ਏ, ਹਸਨ ਜਾਣ ਪੀ ਆਏ ਹੁਸੈਨ ਨੂੰ ਛੱਡ ਮਾਰ ਗਿਆ ਦੇ, ਜੇ ਜਲਦੀ ਪਹੁੰਚੇ ਤੇ ਅੰਮਾ ਨੂੰ ਆਖੀ ਜਲਦੀ ਨਾ ਕਰੇ, ਲਾਲ ਵੱਜਦਾ ਪਿਆ ਹੁੰਦਾ। ਇਹੋ ਵਜਾਈ ਜੇ ਹਸਨ ਪਹਿਲਾਂ ਪਹੁੰਚੇ, ਜਿਵੇਂ ਖਾਣਾ ਚਾਹ ਕੇ ਖਲੋਤੀ ਆਇਆਂ ਦੀ ਖਾਣਾ ਖਵਾਵਾਂ, ਰੋਕਿਆਂ ਦਾ ਭੁੱਖ ਬੜੀ ਲੱਗੀ ਏ, ਲੇਕਿਨ ਖਵਾਵਣ ਵਾਲੀ ਅੰਮਾ ਟੁਰ ਗਈ ਏ। ਇਤਨੀ ਦੇਰ ਤਾਈਂ ਮਜ਼ਲੂਮੇ ਕਰਬਲਾ ਘਰ 'ਚ ਦਾਖਲ ਹੋਏ, ਜ਼ਿਕਰ ਦੀ ਕਸਮ ਚਾਹ ਕੇ ਖਾਣਾ ਖਲੋਤੀ ਆਈ, ਮਜ਼ਲੂਮ ਦੇ ਚਿਹਰੇ ਵਾਲੇ ਪਾਸੇ ਵੇਖ ਕੇ ਆਂਦੀ ਏ ਪਾਣੀ ਪਿਵਾਵਾਂ, ਰੋਕਿਆਂ ਦੇ ਤਰੇ ਤਾਂ ਡਾਡੀ ਲੱਗੀ ਏ, ਲੇਕਿਨ ਪਿਆਸਾਂ ਮੁੱਕ ਗਈਆਂ ਨੇ। ਹੁਸੈਨ ਟੁਰਨ ਲੱਗੇ ਨੂੰ ਫਰਮਾਇਆ, ਨਹੀਂ ਤੇਰੀ ਮਾਂ ਦਾ ਮਨਾ ਏ ਹੁਸੈਨ ਮੇਰੀ ਜ਼ਖਮੀ ਮੈਯਤ ਦੇ ਕਰੀਬ ਨਾ ਆਵੇ। ਫਿਰ ਹੁਸੈਨ ਰੁਕ ਗਏ, ਫਿਰ ਗੁਸਲ ਹੁੰਦੇ ਰਹੇ, ਕਫਨ ਹੁੰਦੇ ਰਹੇ, ਜਨਾਜ਼ਾ ਤਿਆਰ ਹੋਇਆ। ਮੌਲਾ ਅਲੀ ਫਰਮਾਉਂਦੇ, ਮੇਰੀ ਔਲਾਦ ਤੁਹਾਡੀ ਮਾਂ ਦਾ ਹੁਕਮ ਹੈ, ਮੇਰਾ ਜਨਾਜ਼ਾ ਰਾਤ ਨੂੰ ਚਾਹੋ ਰਾਤ ਪਿਢਲਦੀ, ਜਲਦੀ ਮਾਂ ਨੂੰ ਮਿਲ ਲਓ। ਸਾਰੇ ਮਿਲੇ ਲੇਕਿਨ ਮਜਨੂਮੇ ਕਰਬਲਾ ਨਹੀਂ ਮਿਲਿਆ। ਜਨਾਬੇ ਸ਼ਬੀਰ ਫਰਮਾਉਂਦੇ, ਉੱਠੋ ਨਾ ਮੇਰਾ ਲਾਲ ਮਾਂ ਨੂੰ ਮਿਲ ਲੈ। ਫਰਮਾਇਆ, ਨਹੀਂ ਨਾਨ ਬਾਬਾ, ਕਿਸੇ ਨੂੰ ਮਨਾ ਨਹੀਂ, ਸਿਰੋ ਮਿਨ ਮਨਾਏ, ਮੈਂ ਜੋ ਗਰੀਬ ਹਾਂ। ਫਰਮਾਇਆ, ਨਹੀਂ ਉਹ ਤੂੰ ਮੇਰਾ ਬਾਦਸ਼ਾਹ ਪੁੱਤਰ ਏ, ਉੱਠ ਮਾਂ ਨੂੰ ਮਿਲ ਲੈ। ਫਰਮਾਇਆ, ਨਹੀਂ ਬਾਬਾ, ਇੰਝ ਨਹੀਂ ਮਿਲਣਾ। ਕਿਵੇਂ ਮਿਲਣਾ ਏ? ਫਰਮਾਇਆ, ਵਾਂਗ ਮਰੀਮ ਦੇ ਜਿਵੇਂ ਪੁੱਤਰ ਨੂੰ ਬੁਲਾਇਆ ਉਂਝ ਬੁਲਾਵੇ। ਜ਼ਿਕਰ ਦੀ ਕਸਮ, ਜਿਹੜੇ 95 ਦਿਨ ਹੱਥ ਜ਼ਖਮੀ ਆਏ, ਕਫਨ ਦੇ ਬੰਦ ਖੁੱਲ ਗਏ, ਪਹਿਲਾ ਵਾਇਣ ਕਰਕੇ ਆਂਦੀ, ਹਾਏ ਓ ਮੇਰਾ ਤਸਾ ਬਚੜਾ, ਹਾਏ ਓ ਮੇਰਾ ਭਜਦੇ ਘੋੜੇ ਤੁਲਾਹਣ ਵਾਲਾ ਬਚੜਾ। ਮਾਂ ਪੁੱਤਰ ਦੇ ਗਲ 'ਚ ਬਾਈ ਪਾਈਆਂ ਨੇ, ਪੁੱਤਰ ਮਾਂ ਦੇ ਗਲ 'ਚ ਬਾਈ ਪਾਈਆਂ ਨੇ। ਮਾਂ ਪੁੱਤਰ ਦਾ ਮੂੰਹ ਚੁੰਮਦੀ ਰਹੀ, ਪਿਓ ਮਾਂ ਪੁੱਤਰ ਦਾ ਗਲ ਚੁੰਮਦੀ ਰਹੀ, ਪੁੱਤਰ ਮਾਂ ਦਾ ਮੂੰਹ ਚੁੰਮਦਾ ਰਿਹਾ। ਕਾਫੀ ਦੇਰ ਤੋਂ ਬਾਅਦ ਜਬਰੀਲ ਅਲੀ ਦੇ ਪੈਰ ਚੁੰਮਕਿਆ ਦੇ, ਜਲਦੀ ਘਰ ਪੁੱਤਰ ਨੂੰ ਲੈਦਾ ਕਰ ਅਲੀ, ਅੱਲਾ ਦਾ ਅਰਸ਼ ਪਿਆ ਹਲਦਈ। ਜਨਾਬੇ ਅਲੀ ਬੜੀ ਮੁਹੱਬਤ ਨਾਲ ਹੁਸੈਨ ਦੇ ਕੋਲ ਆ ਗਿਆ ਦੇ ਨੇ, ਮਾਂ ਦਾ ਜਨਾਜ਼ਾ ਛੱਡ ਦੇ, ਜ਼ੈਨਬ ਦੇ ਵਾਲ ਖੁੱਲ ਗਏ।